ਸਤਿ ਸ਼੍ਰੀ ਅਕਾਲ ਦੋਸਤੋ, ਕਿੰਗ ਐਂਟੀਟੀ ਵਿੱਚ ਤੁਹਾਡਾ ਸਵਾਗਤ ਹੈ। ਮੈਂ ਉਪਿੰਦਰ ਸਿੰਘ, ਤੁਹਾਡਾ ਦੋਸਤ ਅਤੇ ਹੋਸ਼ਟ, ਆ ਤੁਹਾਡੀ ਮੇਜਰ ਅਪਡੇਟ ਲੈ ਕੇ ਆਇਆ ਹਾਂ। ਇਹ ਅਪਡੇਟ ਦਿੱਤੀ ਗਈ ਹੈ ਰੋਸ਼ਨ ਪ੍ਰਿੰਸ ਜੀ ਵੱਲੋਂ। ਜੀ ਹਾਂ ਦੋਸਤੋ, ਰੋਸ਼ਨ ਪ੍ਰਿੰਸ ਜੀ ਦੀ ਅਪਕਮਿੰਗ ਮੂਵੀ ਜਿਸ ਦਾ ਟਾਈਟਲ ਹੈ ਨਾਨਕਾ ਮੇਲ, ਉਹਦੇ ਵਿੱਚ ਉਹਨਾਂ ਨੇ ਇੱਕ ਅਪਡੇਟ ਦੱਸਿਆ ਹੈ ਕਿ ਇਹ ਫਿਲਮ ਜੋ ਸੀ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਸੀ, ਪਰ ਇਹਦੇ ਕੁਝ ਕਾਰਨਾਂ ਕਰਕੇ ਇਸਦੇ ਵਿੱਚ ਰਿਲੀਜ਼ਿੰਗ ਡੇਟ ਡਿਲੇ ਕਰ ਦਿੱਤੀ ਗਈ ਹੈ ਅਤੇ ਉਹ ਹੁਣ ਹੋ ਗਈ ਹੈ 15 ਨਵੰਬਰ। ਅਤੇ ਇਹਦੇ ਵਿੱਚ ਰੋਸ਼ਨ ਪ੍ਰਿੰਸ ਜੀ ਦਾ ਸਾਥ ਦੇ ਰਹੇ ਹਨ ਰੁਬੀਨਾ ਬਾਜਵਾ ਜੀ, ਜੋ ਕਿ ਦੋਵੇਂ ਮੁੱਖ ਕਿਰਦਾਰ ਵਿੱਚ ਹੋਣਗੇ ਅਤੇ ਇੱਕ ਇਹਨਾਂ ਦੀ ਬਹੁਤ ਹੀ ਅਮੇਜ਼ਿੰਗ ਕੈਮਿਸਟਰੀ ਸਾਨੂੰ ਦੇਖਣ ਨੂੰ ਮਿਲੇਗੀ, ਪਰ ਹੁਣ ਮਿਲੇਗੀ 15 ਨਵੰਬਰ ਨੂੰ। ਅਤੇ ਇਹਦੇ ਜੋ ਪ੍ਰੋਡਿਊਸਰ ਹਨ ਉਹ ਹਨ ਅਮਿਤ ਕੁਮਾਰ ਜੀ ਅਤੇ ਰਾਹੁਲ ਚੌਧਰੀ ਜੀ, ਅਤੇ ਇਹ ਫਿਲਮ ਡਿਸਟ੍ਰੀਬਿਊਟ ਕੀਤੀ ਜਾ ਰਹੀ ਹੈ ਓਮ ਜੀ ਗਰੁੱਪ ਵੱਲੋਂ। ਸੋ ਦੋਸਤੋ, ਇਹ ਸੀ ਅੱਧੀ ਅਪਡੇਟ। ਤੁਹਾਨੂੰ ਇਹ ਅਪਡੇਟ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਸੈਕਸ਼ਨਾਂ ਵਿੱਚ ਜ਼ਰੂਰ ਦੱਸਿਓ, ਅਤੇ ਸਾਡੇ ਚੈਨਲ ਬਣੇ ਰਹਿਣ ਲਈ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ, ਅਤੇ ਬੈੱਲ ਆਇਕਨ ਨੂੰ ਜ਼ਰੂਰ ਦਬਾ ਦਿਓ। ਇਸ ਨਾਲ ਕੀ ਹੋਏਗਾ, ਜੋ ਵੀ ਅਸੀਂ ਵੀਡੀਓ ਪਾਉਂਦੇ ਹਾਂ ਬਾਲੀਵੁੱਡ ਅਤੇ ਬੋਲੀਵੁੱਡ ਦੀ ਅਪਡੇਟ ਦੀ, ਉਹ ਤੁਹਾਨੂੰ ਨੋਟੀਫਿਕੇਸ਼ਨ ਰਾਹੀਂ ਮਿਲ ਜਾਣਗੀਆਂ। ਸੋ ਦੋਸਤੋ, ਅੰਤ ਵਿੱਚ ਮੈਂ ਇਹੀ ਕਹਾਂਗਾ ਕਿ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਥੈਂਕਸ ਫੋਰ ਵਾਚਿੰਗ, ਕੀਪ ਸ਼ੇਅਰਿੰਗ।